ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੇਡਰ ਮਾਡਰਨ ਹਿਸਟਰੀ ਭਾਗ 14 ਅਗਲੇ ਟੌਪਿਕ ਲੈ ਕੇ ਆਏ ਹਾਂ ਜਿਹਦੇ ਵਿੱਚ ਲਾਹੌਰ ਅਧਿਵੇਸ਼ਨ ਡਾਂਡੀ ਮਾਰਚ ਤਿੰਨੇ ਗੋਲ ਮੇਜ ਕਾਨਫਰੰਸਾਂ ਗਾਂਧੀ ਇਰਵਿਨ ਸਮਝੌਤਾ ਇਹ ਸਾਰੇ ਟੌਪਿਕ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਹੈ ਜਿਹੜੀ ਨਵੇਂ ਨਵੇਂ ਟੌਪਿਕਾਂ ਦੇ ਵੀਡੀਓ ਦੀ ਮਿਲਦੀ ਰਹੇ ਅਤੇ ਨਾਲ ਹੀ ਆ ਜੋ ਵਾਰਡ ਅਟੈਂਡੈਂਟ ਦੇ ਟੌਪਿਕ ਹੈ ਅਸੀਂ ਕੰਪਿਊਟਰ ਜੀਕੇ MCQ ਪ੍ਰਸ਼ਨ ਉੱਤਰ ਇਹ ਵੀ ਸਟਾਰਟ ਕੀਤੇ ਹੋਏ ਨੇ ਨਾਲ ਹੈ ਜੋ ਹਿਸਟਰੀ ਆਫ ਪੰਜਾਬ ਇਹ ਵੀ ਸਟਾਰਟ ਕਰਾਂਗੇ ਕੁਝ ਦਿਨਾਂ ਤੱਕ ਜੋ ਮਾਸਟਰ ਕੇਡਰ ਅਤੇ ਵਾਰਡ ਅਟੈਂਡੈਂਟ ਦੋਨਾਂ ਪੇਪਰਾਂ ਦੀ ਤਿਆਰੀ ਲਈ ਤੁਸੀਂ ਰੀਡ ਕਰ ਸਕੋਗੇ ਸੋ ਸਟਾਰਟ ਕਰਦੇ ਹਾਂ ਜੀ ਭਾਗ 14 ਅਗਲੇ ਨਵੇਂ ਟੌਪਿਕ ਤਾਂ ਗੱਲ ਕਰਦੇ ਹਾਂ ਜੀ ਲਾਹੌਰ ਅਧਿਵੇਸ਼ਨ ਜੋ ਸਾਲਾਨਾ ਅਧਿਵੇਸ਼ਨ ਵੀ ਕਿਹਾ ਜਾਂਦਾ ਜਿਸ ਨੂੰ ਇਹਦਾ ਸਮਾਂ ਸੀਗਾ 31 ਦਸੰਬਰ 1929 ਇਹਦੀ ਪ੍ਰਧਾਨਗੀ ਹੈ ਜਿਹੜੀ ਉਹ ਜਵਾਹਰ ਲਾਲ ਨਹਿਰੂ ਜੀ ਨੇ ਕੀਤੀ ਸੀ ਸਥਾਨ ਰਾਵੀ ਨਦੀ ਦੇ ਕੰਢੇ ਹੈ ਜੋ ਝੰਡਾ ਲਹਿਰਾਇਆ ਗਿਆ ਸੀਗਾ ਮੰਗ ਸੀ ਇਹਨਾਂ ਦੀ ਪੂਰਨ ਸਵਰਾਜ ਦੀ ਮੰਗ ਕੀਤੀ ਸੀ ਇਹਨਾਂ ਨੇ ਪਹਿਲਾ ਸੁਤੰਤਰਤਾ ਦਿਵਸ 26 ਜਨਵਰੀ 1930 ਪਹਿਲਾ ਆਜ਼ਾਦੀ ਦਿਵਸ ਪ੍ਰਸਤਾਵ ਪਾਸ ਕੀਤਾ ਗਿਆ ਸੀਗਾ ਇਸ ਤੋਂ ਬਾਅਦ ਆਉਂਦਾ ਡਾਂਡੀ ਮਾਰਚ ਇਹਦਾ ਸਮਾਂ ਸੀ 6 ਅਪ੍ਰੈਲ 1930 ਨਮਕ ਸੱਤਿਆਗ੍ਰਹਿ ਨਾਲ ਸੰਬੰਧਿਤ ਸੀਗਾ ਇਹ ਡਾਂਡੀ ਮਾਰਚ ਕੀਤਾ ਸੀਗਾ ਇਹ ਸਟਾਰਟ ਹੋਇਆ ਸੀਗਾ 12 ਮਾਰਚ 1930 ਨੂੰ 78 ਵਿਅਕਤੀ ਇਹਦੇ ਵਿੱਚ ਸ਼ਾਮਿਲ ਸੀਗੇ ਸਾਬਰਮਤੀ ਆਸ਼ਰਮ ਤੋਂ ਇਹ ਸ਼ੁਰੂ ਹੋਇਆ ਸੀਗਾ ਇਹਦਾ ਉਦੇਸ਼ ਕੀ ਸੀਗਾ ਨਮਕ ਕਾਨੂੰਨ ਨੂੰ ਤੋੜਨਾ ਸੁਭਾਸ਼ ਚੰਦਰ ਬੋਸ ਜੀ ਨੇ ਡਾਂਡੀ ਮਾਰਚ ਦੀ ਤੁਲਨਾ ਨੈਪੋਲੀਅਨ ਦੀ ਐਲਬਾ ਪੈਰਿਸ ਯਾਤਰਾ ਨਾਲ ਕੀਤੀ ਹੈ ਅੱਗੇ ਆਉਂਦੀ ਹੈ ਪਹਿਲੀ ਗੋਲਮੇਜ ਕਾਨਫਰੰਸ ਸਥਾਨ ਲੰਡਨ ਸੀਗਾ 12 ਨਵੰਬਰ 1930 ਨੂੰ ਹੋਈ ਸੀ ਕਾਂਗਰਸ ਨੇ ਜੋ ਬਾਈਕਟ ਕੀਤਾ ਜੀ ਇਹਦੇ ਵਿੱਚ ਉਦਘਾਟਨ ਸੀ ਜਿਹੜਾ ਉਹ ਜਾਰਜ ਪੰਜਵੇਂ ਨੇ ਕੀਤਾ ਸੀ ਅਤੇ ਪ੍ਰਧਾਨਗੀ ਰੈਮਜੇ ਮੈਕਡੋਨਾਲਡ ਨੇ ਕੀਤੀ ਸੀ ਅੱਗੇ ਆਉਂਦਾ ਗਾਂਧੀ ਇਰਵਿਨ ਸਮਝੌਤਾ ਜਿਹਨੂੰ ਦਿੱਲੀ ਸਮਝੌਤਾ ਵੀ ਕਿਹਾ ਜਾਂਦਾ ਹੈ ਇਹਦਾ ਸਮਾਂ ਸੀਗਾ 5 ਮਾਰਚ 1931 ਲੰਡਨ ਦੇ ਵਿੱਚ ਸਮਝੌਤੇ ਮਗਰੋਂ ਗਾਂਧੀ ਨੇ ਦੂਜੀ ਗੋਲਮੇਜ ਕਾਨਫਰੰਸ ਵਿੱਚ ਹਿੱਸਾ ਲਿਆ ਸੀ 23 ਮਾਰਚ 1931 ਨੂੰ ਭਗਤ ਸਿੰਘ ਨੂੰ ਹੀ ਫਾਂਸੀ ਹੈ ਜੋ ਦਿੱਤੀ ਗਈ ਸੀ ਇਸ ਤੋਂ ਬਾਅਦ ਆਉਂਦੀ ਹੈ ਦੂਜੀ ਗੋਲਮੇਜ ਕਾਨਫਰੰਸ ਸਮਾਂ 1931 ਇਹ ਵੀ ਲੰਡਨ ਦੇ ਵਿੱਚ ਹੋਈ ਸੀ ਇਹਦੇ ਵਿੱਚ ਕਾਂਗਰਸ ਨੇ ਭਾਗ ਲਿਆ ਸੀ ਅਤੇ ਐਨੀ ਬੇਸੈਂਟ ਅਤੇ ਮਾਦਨ ਮੋਹਨ ਮਾਲਵੀਆ ਨੇ ਇਹਨਾਂ ਨੇ ਆਪਣੇ ਖੁਦ ਦੇ ਖਰਚੇ 'ਤੇ ਇਸ ਗੋਲਮੇਜ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਸੀ ਪਰ ਇਹ ਕਾਨਫਰੰਸ ਸੀ ਜਿਹੜੀ ਉਹ ਅਸਫਲ ਰਹੀ ਸੀ ਇਹਦੀ ਪ੍ਰਧਾਨਗੀ ਵੀ ਹੈ ਜਿਹੜੀ ਉਹ ਰੈਮਜੇ ਮੈਕਡੋਨਾਲਡ ਨੇ ਕੀਤੀ ਸੀ ਇਸ ਤੋਂ ਬਾਅਦ ਆਉਂਦੀ ਹੈ ਤੀਜੀ ਗੋਲਮੇਜ ਕਾਨਫਰੰਸ ਇਹਦਾ ਸਮਾਂ ਸੀਗਾ 1932 ਲੰਡਨ ਦੇ ਵਿੱਚ ਭਾਰਤ ਸਰਕਾਰ ਐਕਟ 1935 ਨੂੰ ਅੰਤਿਮ ਰੂਪ ਦਿੱਤਾ ਗਿਆ ਸੀ ਇਹਦੇ ਵਿੱਚ ਇਹਦੀ ਪ੍ਰਧਾਨਗੀ ਵੀ ਸੀ ਜਿਹੜੀ ਉਹ ਰੈਮਜੇ ਮੈਕਡੋਨਾਲਡ ਨੇ ਕੀਤੀ ਸੀ ਯਾਨੀ ਕਿ ਤਿੰਨੇ ਕਾਨਫਰੰਸਾਂ ਹੋਈਆਂ ਸੀਗੀਆਂ 1930 ਪਹਿਲੀ ਹੋਈ ਸੀਗੀ 1931 ਫਿਰ 1932 ਲਗਾਤਾਰ ਹੋਈਆਂ ਸੀ ਤਿੰਨੋਂ ਸਾਲ ਇਹਨਾਂ ਦੀ ਪ੍ਰਧਾਨਗੀ ਵੀ ਹੈ ਜਿਹੜੀ ਰੈਮਜੇ ਮੈਕਡੋਨਾਲਡ ਨੇ ਕੀਤੀ ਸੀ ਅੱਗੇ ਆਉਂਦਾ ਜੀ ਪੂਨਾ ਸਮਝੌਤਾ ਇਹਦਾ ਸਮਾਂ ਸੀ ਜਿਹੜਾ 1932 ਸੀ ਡਾਕਟਰ BR ਅੰਬੇਦਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਦਲਿਤ ਵਰਗਾਂ ਦੇ ਲਈ ਸਥਾਨ ਬਣਾਏ ਗਏ ਸੀ ਇਸ ਸਮਝੌਤੇ ਦੇ ਦੌਰਾਨ ਪਹਿਲਾਂ ਦਲਿਤ ਸਥਾਨਾਂ ਦੀ ਗਿਣਤੀ 5 ਸੀ ਸਮਝੌਤੇ ਤੋਂ ਬਾਅਦ 148 ਹੋ ਗਈ ਸੀ ਇਸ ਲਈ ਇਹ ਜੋ ਪੂਨਾ ਸਮਝੌਤਾ ਕੀਤਾ ਗਿਆ ਸੀਗਾ ਇਹਦੀ ਪ੍ਰਧਾਨਗੀ ਸੀ ਜਿਹੜੀ ਉਹ ਮਦਨ ਮੋਹਨ ਮਾਲਵੀਆ ਜੀ ਨੇ ਕੀਤੀ ਸੀ ਅੱਗੇ ਆਉਂਦਾ ਜੀ ਕ੍ਰਾਂਤੀਕਾਰੀ ਰਾਸ਼ਟਰਵਾਦੀ ਅੰਦੋਲਨ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਇਹਦੀ ਸਥਾਪਨਾ ਸੀ ਜਿਹੜੀ 24 ਅਕਤੂਬਰ 1924 ਚੰਦਰ ਸ਼ੇਖਰ ਆਜ਼ਾਦ ਨੇ ਕਾਨਪੁਰ ਵਿੱਚ ਕੀਤੀ ਸੀ ਇਹਨਾਂ ਦੇ ਪ੍ਰਮੁੱਖ ਨੇਤਾ ਕਿਹੜੇ ਕਿਹੜੇ ਸੀ ਰਾਮ ਪ੍ਰਸਾਦ ਬਿਸਮਿਲ ਅਸਫਾਕ ਉੱਲਾ ਖਾਂ ਅਤੇ ਰੋਸ਼ਨ ਲਾਲ ਇਹਨਾਂ ਦੇ ਪ੍ਰਸਿੱਧ ਨੇਤਾ ਸੀਗੇ ਅੱਗੇ ਆਉਂਦਾ ਜੀ ਕਾਕੋਰੀ ਕਾਂਡ ਇਹਦਾ ਸਮਾਂ ਸੀਗਾ ਜਿਹੜਾ 1925 ਦਾ ਸੀ
हिंदुस्तान रिपब्लिक एसोसीएशन के मैंबर ने 9 अगस्त 1925 लखनऊ कोल ककोरी सी जिहड़ा स्थान सीगा सरकारी खजाने वाली गड्डी नूं लुट्टिया सीगा। इस कांड दे विच असफाक उल्ला रोशन लाल अते राम प्रसाद बिस्मिल नूं फांसी दे दित्ती गई सी। असफाक उल्ला खां पहला मुसलमान सी जिस नूं सब तो पहला जिहड़ी फांसी दित्ती गई सी। अगे आउंदा जी क्रिप्स मिशन, इहदा समा 1942 सीगा। इहदा उद्देश की सीगा? भारत नूं दूसरे विश्व युद्ध विच इंग्लैंड दी तरफ तों युद्ध विच हिस्सा लवे। तां इस मिशन दा जिहड़ा उद्देश सीगा, गांधी ने क्रिप्स मिशन नूं बीत गई तारीख आउटडेटड चैक कहा सीगा। अगला आउंदा भारत छड्डो अंदोलन 1942, इहदा कारण की सीगा? अगस्त प्रस्ताव अते क्रिप्स मिशन की असफलता तो बाद जिहड़ा भारत छड्डो अंदोलन स्टार्ट किया गया सी। आयोजन 8 अगस्त 1942 बंबई के ग्वालियर टैंक विच इसका आयोजन किया गया सीगा। सही यह स्टार्ट होया सीगा 9 अगस्त 1942 नूं। इहदे विच नारा दिता गया सी महात्मा गांधी जी के द्वारा, करो जा मरो दा नारा है जो इस अंदोलन विच दिता सी महात्मा गांधी ने भारत छड्डो अंदोलन दे विच। मुस्लिम लीग ने भारत छड्डो अंदोलन विच साथ नहीं दिता सीगा। अगे आउंदा जी कैबिनेट मिशन 1946, 15 फरवरी 1946 कैबिनेट मिशन भारतीय संविधान सभा की स्थापना दे लई कैबिनेट मिशन है जिहड़ा वो दिल्ली आया सी। ये मैंबर कौन सी? स्टैफोर्ड क्रिप्स, पैथिक लारेंस अते ए बी अलैगजेंडर ये मैंबर सीगे तीन। ये तुसी नाम याद रखने हैं, इस ते प्रश्न पूछा जा सकता है। तो इस तो बाद एंटली ने जी घोषणा की 1948 तक है जो भारत नूं आज़ाद कर दिता जाएगा। इस तो अलावा व्यक्तिगत सत्याग्रह सी जिहदी स्थापना 17 अक्टूबर 1940 हुई सी। महात्मा गांधी ने इहदी स्थापना की सी। पहले सत्याग्रह के जिहड़े नेता सी ओह विनोबा भावे सी, अते जो दूजा सत्याग्रह सी उहदा नेता सी जिहड़ा जवाहर लाल नहरू सी। पाकिस्तान की मंग सी जिहड़ी 23 मार्च 1940 नूं कीती गई सी लाहौर अधिवेशन दे विच। पाकिस्तान शब्द सी जिहड़ा पाकिस्तान कैम्ब्रिज विश्वविद्यालय विच पढ़न वाले चौधरी रहमत अली ने दिता सीगा। सो इस तों मॉडर्न हिस्टरी दे अगले भाग विच अगले प्रश्न सी। वीडियो चंगी लगे लाइक कमेंट ते अगे शेयर जरूर कर दिया करो। ते नाल ही है जो असीं हिस्टरी ऑफ पंजाब स्टार्ट करांगे, जो तुसीं मास्टर केडर अते वार्ड अटेंडेंट दे लई रीड कर सकोगे। धन्यवाद जी।